ਨੇ ਕੰਮ ਲਏ ਹੁੰਦੇ ਨੇ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਅਸੀਂ ਤਾਂ ਕਿਸੇ ਨੂੰ ਵੋਟ ਹੀ ਨਹੀਂ ਪਾਉਣੀ, ਅਸੀਂ ਤਾਂ ਸਿਸਟਮ ਤੋਂ ਅੱਕ ਚੁੱਕੇ ਹਾਂ। ਔਰ ਬਹੁਤ ਸਾਰੇ ਲੋਕ ਆ ਕੇ ਮੈਨੂੰ ਕਹਿੰਦੇ ਵੀ ਅਸੀਂ ਤਾਂ ਮੈਮ ਅੱਕ ਚੁੱਕੇ ਹਾਂ, ਹੈ ਨਾ। ਬਟ ਮੈਂ ਕਹਿੰਦੀ ਹਾਂ ਨੋਟਾ ਦੱਬਣ ਤੋਂ ਚੰਗਾ ਹੈ ਆਜ਼ਾਦ ਉਮੀਦਵਾਰ ਨੂੰ ਵੋਟ ਪਾ ਦਿਓ, ਕਿਤੇ ਨਾ ਕਿਤੇ ਜਾਗ ਲੱਗੂਗੀ ਸਾਡੀ ਸੋਸਾਇਟੀ ਦੇ ਵਿੱਚ। ਸੋ ਜਿਹੜੇ ਸ਼ਬਦ ਬਾਕੀ ਮੈਂ ਜਿਹੜੀਆਂ ਗੱਲਾਂ ਆ ਮੈਂ ਇਹ ਕਹਿਣਾ ਚਾਹੁੰਦੀ ਹਾਂ, ਵੇਖੋ ਜ਼ਰੂਰੀ ਨਹੀਂ ਹੁੰਦਾ ਕਿ ਵੋਟਾਂ ਦੇ ਵਿੱਚ ਖੜ੍ਹੇ ਹੋਣਾ ਅਤੇ ਜਿੱਤਣਾ ਜ਼ਰੂਰੀ ਹੈ। ਜਿੱਦਾਂ ਤੁਸੀਂ ਕਾਗਜ਼ ਭਰਤੇ ਨਾ ਇੰਨੇ ਵੱਡੇ ਲੀਡਰਾਂ ਦੇ ਸਾਹਮਣੇ, ਜਿਨ੍ਹਾਂ ਨੂੰ ਮੈਂ ਵੱਡਾ ਨਹੀਂ ਕਹਿੰਦੀ, ਉਹਨਾਂ ਦੇ ਸਾਹਮਣੇ ਤੁਸੀਂ ਆਵਾਜ਼ ਚੁੱਕ ਲਈ ਨਾ, ਅੱਖਾਂ 'ਚ ਅੱਖਾਂ ਪਾ ਕੇ ਕੁਐਸਚਨ ਪੁੱਛਣੇ ਸ਼ੁਰੂ ਕਰਦੇ ਨਾ, ਉੱਦਣ ਹੀ ਤੁਹਾਡੀ ਜਿੱਤ ਹੋ ਜਾਂਦੀ ਹੈ। ਔਰ ਬਹੁਤ ਸਾਰੇ ਸਾਡੀ ਨੌਜਵਾਨ ਪੀੜ੍ਹੀ ਨੂੰ ਇਹ ਲੱਗਦਾ ਇਲੈਕਸ਼ਨ 'ਚ ਬਹੁਤ ਪੈਸਾ ਲੱਗਦਾ ਹੈ ਜੀ, ਇਲੈਕਸ਼ਨ ਨਹੀਂ ਅਸੀਂ ਲੜ ਸਕਦੇ, ਅਸੀਂ ਕਿਵੇਂ ਲੜਾਂਗੇ, ਅਸੀਂ ਕੀ ਕਰਾਂਗੇ, ਅਸੀਂ ਲੀਡਰਾਂ ਦੇ ਸਾਹਮਣੇ ਸਾਨੂੰ ਟਿਕਟ ਨਹੀਂ ਮਿਲੀ, ਬਹੁਤ ਸਾਰੇ ਲੋਕ ਭੱਜੇ ਫਿਰਦੇ ਆ, ਸਾਨੂੰ ਪੈਸੇ ਪਿੱਛੇ ਪੈਸੇ ਦੇ ਕੇ ਟਿਕਟ ਮਿਲ ਜੂਗੀ। ਵੇਖੋ ਜੀ, ਤੁਹਾਨੂੰ ਆਪਣੇ ਸਮਾਜ ਵਾਸਤੇ ਸੋਚਣਾ ਪੈਣਾ ਹੈ, ਸਾਨੂੰ ਟਿਕਟਾਂ ਦੀ ਲੋੜ ਨਹੀਂ ਹੈ, ਸਰਕਾਰਾਂ ਅਸੀਂ ਲੋਕ ਬਣਾਉਂਦੇ ਹਾਂ, ਅਸੀਂ ਲੋਕ ਤੋੜਦੇ ਹਾਂ। ਸੋ ਆਪਾਂ ਨੂੰ ਆਪਣੇ ਜ਼ਮੀਰ ਨੂੰ ਜਗਾਉਣ ਦੀ ਲੋੜ ਹੈ, ਹੋਰ ਕਿੰਨੀ ਕੁ ਦੇਰ ਤੱਕ ਆਪਾਂ ਆਪਣੇ ਜ਼ਮੀਰ ਨੂੰ ਮਾਰੀ ਰੱਖਾਂਗੇ। ਬੱਚੇ ਬਾਹਰ ਚਲੇ ਗਏ ਸਾਡੇ, ਅੱਧੇ ਨਸ਼ਿਆਂ ਦੇ ਵਿੱਚ ਰੁਲ ਗਏ, ਤੁਸੀਂ ਵੇਖੋ ਪਿੰਡਾਂ ਦਾ ਕੀ ਹਾਲ ਹੈ, ਲੋਕਾਂ ਦਾ ਕੀ ਹਾਲ ਹੈ ਇਸ ਟਾਈਮ ਦੇ ਉੱਤੇ। ਆਪਾਂ ਕਿਤੇ ਨਾ ਕਿਤੇ ਤਾਂ ਫੁੱਲ ਸਟੋਪ ਲਾਈਏ ਨਾ, ਕਿਤੇ ਕਿਤੇ ਆਪਾਂ ਨੂੰ ਫੁੱਲ ਸਟੋਪ ਲਾਉਣ ਦੀ ਲੋੜ ਹੈ, ਕਿਤੇ ਨਾ ਕਿਤੇ ਆਪਣੇ ਆਪ ਨੂੰ ਕੁਐਸਚਨ ਕਰਨ ਦੀ ਲੋੜ ਹੈ ਕਿ ਆਪਾਂ ਕੀ ਇਹ ਸਮਾਜ ਨੂੰ ਚੰਗਾ ਨਹੀਂ ਬਣਾਉਣਾ ਚਾਹੁੰਦੇ, ਕੀ ਅਸੀਂ ਵਧੀਆ ਸਮਾਜ ਨਹੀਂ ਸਿਰਜਣਾ ਚਾਹੁੰਦੇ, ਕੀ ਸਾਨੂੰ ਬਰਾਬਰਤਾ ਦਾ ਸਮਾਜ ਨਹੀਂ ਚਾਹੀਦਾ, ਜਿੱਥੇ ਊਚ ਨੀਚ ਨਾ ਹੋਵੇ, ਜਿੱਥੇ ਕਾਸਟਿਜ਼ਮ ਨਾ ਹੋਵੇ, ਜਿੱਥੇ ਸਾਰੇ ਭਰਾ ਇਕੱਠੇ ਹੋ ਕੇ ਇੱਕ ਆਜ਼ਾਦੀ ਦਾ ਬੀਜ ਲਾਉਣ, ਜਿਵੇਂ ਭਗਤ ਸਿੰਘ ਜੀ ਦੀ ਸੋਚ ਸੀਗੀ, ਸ਼ਹੀਦ ਆਜ਼ਮ ਊਧਮ ਸਿੰਘ ਜੀ ਦੀ ਸੋਚ ਸੀਗੀ, ਚੰਦਰ ਸ਼ੇਖਰ ਆਜ਼ਾਦ ਦੀ ਸੋਚ ਸੀਗੀ। ਸਾਡੀ ਇਹ ਸੋਚ ਹੈ ਕਿ ਜਦੋਂ ਸਾਡਾ ਯੂਥ ਪੜ੍ਹਿਆ ਲਿਖਿਆ ਅੱਗੇ ਆਊਗਾ, ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਖੜ੍ਹੀਆਂ ਕਰਾਂਗੇ, ਜਿਹਦੇ ਵਿੱਚ ਪੜ੍ਹਨ ਦੀਆਂ ਕਿਤਾਬਾਂ ਹੋਣਗੀਆਂ, ਬੱਚੇ ਸਾਡੇ ਇਤਿਹਾਸ ਨੂੰ ਪੜ੍ਹਨਗੇ, ਮੌਜੂਦਾ ਸਿਸਟਮ ਨੂੰ ਪੜ੍ਹਨਗੇ, ਤਾਂ ਕਿ ਉਹਨਾਂ ਨੂੰ ਪਤਾ ਹੋਊਗਾ ਸੁਸਾਇਟੀ ਦੇ ਵਿੱਚ ਹੋ ਕੀ ਰਿਹਾ। ਅਸੀਂ ਆਪਣੇ ਬਜ਼ੁਰਗਾਂ ਦੇ ਗੋਡੀ ਹੱਥ ਨਹੀਂ ਲਵਾਵਾਂਗੇ। ਤੁਸੀਂ ਵੇਖੋ ਕਿੱਡੀ ਸ਼ਰਮਨਾਕ ਗੱਲ ਹੈ ਕਿ ਸਾਡੇ ਜਿਹੜੇ ਬਜ਼ੁਰਗ ਹੈ ਉਹ ਮੰਤਰੀਆਂ ਦੇ ਬੱਚਿਆਂ ਨੂੰ ਵੀ ਗੋਡੀ ਹੱਥ ਲਾਉਂਦੇ ਨੇ। ਇਹ ਬਹੁਤ ਸਾਰੀਆਂ ਗਲਤ ਗੱਲਾਂ ਹੈ, ਸਾਨੂੰ ਨਹੀਂ ਚੰਗੀਆਂ ਲੱਗਦੀਆਂ, ਕਿਉਂਕਿ ਮੈਨੂੰ ਇਹ ਲੱਗਦਾ ਕਿ MLA ਨੂੰ ਤਨਖਾਹ ਮਿਲਦੀ ਹੈ, ਉਹ ਪਬਲਿਕ ਸਰਵੈਂਟ ਹੈ, ਇੱਕ MP ਨੂੰ ਤਨਖਾਹ ਮਿਲਦੀ ਹੈ, ਉਹਨੂੰ ਘਰ ਮਿਲਦਾ, ਉਹਨੂੰ ਗੱਡੀ 'ਚ ਤੇਲ ਪਾਉਣ ਲਈ ਮਿਲਦਾ, ਉਹਨੂੰ ਸਿਕਿਉਰਿਟੀ ਮਿਲਦੀ ਹੈ, ਉਹਦਾ ਫਰਜ਼ ਬਣਦਾ MP ਫੰਡ ਦੇ ਵਿੱਚ ਜਿਹੜਾ ਸਾਡੇ ਜਿਹੜੀ ਇੱਥੇ ਡਿਵੈਲਪਮੈਂਟ ਕਰੇ, ਕਿੰਨਾ ਫੰਡ ਆਉਂਦਾ, ਕਿਤੇ ਦੱਸੋ ਮੈਨੂੰ ਅੰਮ੍ਰਿਤਸਰ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ ਤਰੱਕੀ ਹੋਈ ਹੈ। ਹੁਣ ਜਦੋਂ ਇਲੈਕਸ਼ਨ ਦਾ ਟਾਈਮ ਆ ਗਿਆ, ਹੁਣ ਲੋਕ ਕਹਿੰਦੇ ਆ ਸਾਡੇ ਗਲੀ ਨਹੀਂ ਬਣੀ ਜੀ, ਹੁਣ ਦੋਵਾਂ ਦਿਨਾਂ ਦੇ ਵਿੱਚ ਗਲੀ ਬਣ ਰਹੀ ਹੈ, ਹੁਣ ਦੋਵਾਂ ਦਿਨਾਂ ਦੇ ਵਿੱਚ ਲੁੱਕ ਪੈ ਰਹੀ ਹੈ, ਵੋਟਾਂ ਦੇ ਭੁੱਖੇ ਹੈ, ਕੁਰਸੀ ਦੇ ਭੁੱਖੇ ਹੈ ਲੋਕ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਅਸੀਂ ਕੁਛ ਨਹੀਂ ਕੀਤਾ, ਫਿਰ ਵੀ ਅਸੀਂ ਆ ਕੇ ਸਾਹਮਣੇ ਬੇਸ਼ਰਮਾ ਵਾਂਗੂ ਵੋਟਾਂ ਮੰਗ ਰਹੇ ਹਾਂ। ਸੋ ਮੈਂ ਕਹਿੰਦੀ ਹਾਂ ਲੋਕਾਂ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ, ਆਪਣੀ ਧੀ ਸਮਝ ਕੇ ਭੁੱਲ ਚੁੱਕ ਮਾਫ਼ ਕਰਿਓ, ਪਰ ਇਹ ਰਿਕੁਐਸਟ ਆ ਤੁਹਾਡੇ ਅੱਗੇ, ਵੇਖੋ ਮੈਂ ਹਮੇਸ਼ਾ ਚੰਗੇ ਇਨਸਾਨ ਦੀ, ਇਮਾਨਦਾਰ ਇਨਸਾਨ ਦੀ ਸਪੋਰਟ ਕਰੂੰਗੀ। ਅੱਜ ਰੇਸ਼ਮ ਹੈ, ਰੇਸ਼ਮ ਨੇ ਕਿਹਾ ਕਿ ਮੈਮ ਮੇਰੀ ਸਪੋਰਟ ਕਰੋ, ਮੈਂ ਇਹ ਨਹੀਂ ਦੇਖਿਆ ਕਿ ਇਹ ਕਿਸੇ ਮੰਤਰੀ ਦਾ ਮੁੰਡਾ ਹੈ, ਮੈਂ ਇਹ ਨਹੀਂ ਦੇਖਿਆ ਕਿੰਨਾ ਅਮੀਰ ਹੈ, ਇਲੈਕਸ਼ਨ 'ਤੇ ਪੈਸੇ ਲਾ ਸਕਦਾ ਕਿ ਨਹੀਂ ਲਾ ਸਕਦਾ, ਮੈਂ ਇਹ ਨਹੀਂ ਦੇਖਿਆ ਕਿ ਇਹਦੇ ਪਿੱਛੇ ਕਿਹੜੀ ਪਾਰਟੀ ਨੇ ਇਹਨੂੰ ਟਿਕਟ ਦਿੱਤੀ ਹੈ ਜਾਂ ਪ੍ਰਧਾਨਗੀ ਦਿੱਤੀ ਹੈ। ਮੇਰਾ ਜ਼ਮੀਰ ਜਾਗਦਾ, ਮੈਨੂੰ ਲੱਗਦਾ ਇੱਕ ਆਮ ਘਰ ਦਾ ਮੁੰਡਾ ਵੀ ਅੱਗੇ ਆ ਸਕਦਾ, ਇਕੱਲੀ ਆਮ ਆਦਮੀ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨਹੀਂ ਰਹਿ ਗਈ, ਉਹਦੇ ਵਿੱਚ ਤਾਂ ਨਾ ਨਿੱਤ ਦਿਨ ਸਰੋਪੇ ਪੈ ਰਹੇ ਨੇ, ਕਦੀ ਅਕਾਲੀ ਦਲ ਵਾਲੇ ਆ ਰਹੇ ਨੇ, ਕਦੀ ਕਾਂਗਰਸੀ ਆ ਰਹੇ ਨੇ, ਉਹ ਆਮ ਆਦਮੀ ਪਾਰਟੀ ਨੂੰ ਜਿੱਤੇ ਅਸੀਂ ਵਿਸ਼ਵਾਸ ਕੀਤਾ ਸੀਗਾ, ਜਿਹਨੂੰ ਅਸੀਂ ਸਮਝਦੇ ਸੀਗੇ, ਇਸੇ ਕਰਕੇ ਮੈਂ ਕਹਿ ਰਹੀ ਹਾਂ ਮੈਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਹਮੇਸ਼ਾ ਸਾਰਿਆਂ ਦੀ ਸਪੋਰਟ ਕੀਤੀ ਹੈ, ਕਿਉਂਕਿ ਮੈਨੂੰ ਇਹ ਲੱਗਦਾ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਆਪਣੇ ਘਰ 'ਚ ਨਹੀਂ ਹੁੰਦੀਆਂ, ਆਪਣੇ ਸਮਾਜ 'ਚ ਨਹੀਂ ਹੁੰਦੀਆਂ, ਜਿਹੜੀਆਂ ਚੰਗੀਆਂ ਸ਼ਖਸੀਅਤਾਂ ਆ ਉਹ ਅਸੀਂ ਚਾਹੁੰਦੇ ਹਾਂ ਵੈਲ ਐਜੂਕੇਟਡ ਲੋਕ ਸਾਡੇ ਕੋਲ ਹੋਣੇ ਚਾਹੀਦੇ ਹੈ। ਬਾਕੀ ਮੈਂ ਬਹੁਤ ਕੁਛ ਬੋਲਿਆ, ਮੈਂ ਚਾਹੁੰਦੀ ਹਾਂ ਕਿ ਸਾਡਾ ਜਿਹੜਾ ਕੈਂਡੀਡੇਟ ਹੈ
ਹੈ ਨਾ ਰੇਸ਼ਮ, ਤੁਸੀਂ ਇਹਦੀ ਸੋਚ ਨੂੰ ਵੀ ਚਲਾਓ ਤੁਹਾਡੀ। ਬਿਲਕੁਲ ਕਰਾਂਗੀ, ਬਿਲਕੁਲ ਕਰਾਂਗੀ। ਅਸੀਂ ਰੇਸ਼ਮ ਹੁਣੀ ਨਾਲ ਸਾਡੇ ਨਾਲ ਗਏ ਸੀਗੇ, ਮੇਰੇ ਮਾਸਟਰ ਜੀ ਸਰਦਾਰ ਬੇਅੰਤ ਸਿੰਘ, ਮੇਜਰ ਜਨਰਲ ਸ਼ਬੇਕ ਸਿੰਘ ਦੇ ਬ੍ਰਦਰ। ਅਸੀਂ ਇੱਥੋਂ ਬੱਸਾਂ ਵੀ ਲੈ ਕੇ ਗਏ ਸੀਗੇ ਬੰਦੀ ਸਿੰਘਾਂ ਵਾਸਤੇ, ਅਸੀਂ ਉੱਥੇ ਆਵਾਜ਼ ਰੱਖਣ ਗਏ ਸੀਗੇ। ਅੱਜ ਮੰਦਭਾਗੀ ਗੱਲ ਹੈ ਕਿ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਉਹ ਖਾਲੀ ਪਿਆ, ਜਿੱਥੇ ਕਿ ਲੋਕ ਹੋਣੇ ਚਾਹੀਦੇ ਹੈ ਉੱਥੇ ਲੋਕ ਨਹੀਂ ਗਏ। ਮੈਂ ਇਨਫੈਕਟ ਪਿੱਛੇ ਮੈਨੂੰ ਅੰਮ੍ਰਿਤਪਾਲ ਜੀ ਦੇ ਫਾਦਰ ਮਿਲੇ ਸੀਗੇ, ਯੂਨੀਵਰਸਿਟੀ ਇੱਕ ਪ੍ਰੋਟੈਸਟ ਕੀਤਾ ਸੀਗਾ ਆਪਾਂ ਆਪਣੇ ਭਰਾ ਦਾ ਸ਼ੁਭ ਦਾ, ਪਰ ਉੱਥੇ ਵੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਅੰਕਲ ਇਹ ਮੋਰਚਾ ਇੱਥੇ ਨਾ ਲਾਓ ਦਰਬਾਰ ਸਾਹਿਬ ਦੇ ਬਾਹਰ, ਇਹ ਮੋਰਚਾ ਉੱਥੇ ਹੋਣਾ ਚਾਹੀਦਾ ਮੋਹਾਲੀ, ਜਿੱਥੇ ਬਾਕੀ ਬੰਦੀ ਸਿੰਘਾਂ ਦਾ ਵੀ ਮੋਰਚਾ ਲੱਗਾ ਹੈ। ਉਹ ਸਾਡੇ ਭਰਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਜੇਲ੍ਹਾਂ ਦੇ ਅੰਦਰ ਹੈ। ਇਟਸ ਨੋਟ ਅਬਾਊਟ ਕਿ ਕੋਈ ਖਾਲਿਸਤਾਨ ਦੀ ਗੱਲ ਕਰਦਾ, ਕੋਈ ਕਿਹਦੀ ਗੱਲ ਕਰਦਾ। ਮੈਂ ਕਹਿੰਦੀ ਹਾਂ ਵੀ ਇਨਹਿਊਮਨ ਐਕਟੀਵਿਟੀ ਨਹੀਂ ਹੋਣੀ ਚਾਹੀਦੀ। ਜਦੋਂ ਕਿਸੇ ਇਨਸਾਨ ਦੀ ਸਜ਼ਾ ਪੂਰੀ ਹੋ ਜੇ ਉਹਨੂੰ ਬਾਹਰ ਆਉਣਾ ਚਾਹੀਦਾ, ਹਰ ਇੱਕ ਇਨਸਾਨ ਦਾ ਹੱਕ ਹੈ ਸਜ਼ਾ ਪੂਰੀ ਕਰਕੇ ਬਾਹਰ ਆਉਣਾ। ਇੱਥੇ ਕਿੰਨੇ ਗੈਂਗਸਟਰ ਨੇ ਜਿਨ੍ਹਾਂ ਨੂੰ ਗਵਰਨਮੈਂਟਸ ਨੇ ਸਪੋਰਟ ਦਿੱਤੀ ਹੋਈ ਹੈ, ਕਿੰਨੇ ਲੋਕ ਯੂਜ਼ ਕਰਦੇ ਨੇ, ਆਪਾਂ ਨੂੰ ਸਾਰਾ ਕੁਛ ਪਤਾ ਹੈ ਸਾਰੀਆਂ ਗੱਲਾਂ ਦਾ। ਕੀ ਗੱਲ ਉਹਨਾਂ ਦਾ ਵੀ ਹੱਕ ਬਣਦਾ ਬਾਹਰ ਆਉਣ ਦਾ, ਉਹਨਾਂ ਦੀ ਵੀ ਅਸੀਂ ਆਵਾਜ਼ ਰੱਖਦੇ ਹਾਂ, ਅਸੀਂ ਹਰ ਇੱਕ ਇਨਸਾਨ ਦੀ ਆਵਾਜ਼ ਰੱਖਦੇ ਹਾਂ। ਮੈਂ ਕ੍ਰਿਸਚਨ ਕਮਿਊਨਿਟੀ ਦੀ ਆਵਾਜ਼ ਵੀ ਰੱਖੀ ਸੀਗੀ ਉਦੋਂ ਜਦੋਂ ਅੰਮ੍ਰਿਤਪਾਲ ਜੀ ਨੇ ਸਟੇਟਮੈਂਟ ਦਿੱਤੀ ਸੀਗੀ, ਮੈਂ ਉਹਨਾਂ ਦੀ ਵੀ ਰੱਖੀ ਸੀਗੀ, ਕਿਉਂਕਿ ਆਪਣੇ ਬੱਚੇ ਜਿੰਨੇ ਵੀ ਬਾਹਰ ਹੈ ਇਸ ਟਾਈਮ, ਅਮੈਰੀਕਾ ਬੈਠੇ ਨੇ, ਕੈਨੇਡਾ ਬੈਠੇ ਨੇ, ਕਈ ਕੰਟਰੀਆਂ ਦੇ ਵਿੱਚ ਬੈਠੇ ਨੇ, ਕੀ ਗੱਲ ਉੱਥੇ ਕ੍ਰਿਸਚਨ ਕਮਿਊਨਿਟੀ ਹੈ ਨਾ, ਉਹ ਸਾਡੇ ਬੱਚਿਆਂ ਨੂੰ ਜੋਬਸ ਵੀ ਦਿੰਦੇ ਨੇ, ਸਾਡੇ ਬੱਚਿਆਂ ਦੀ ਕਦਰ ਵੀ ਕਰਦੇ ਨੇ। ਕੀ ਗੱਲ ਜੇ ਆਪਾਂ ਉਹਨਾਂ ਦੇ ਖਿਲਾਫ਼ ਬੋਲਾਂਗੇ ਉਹ ਸਾਡੇ ਬੱਚਿਆਂ ਨੂੰ ਵੀ ਡਿਸਟਰਬ ਕਰਨਗੇ ਉੱਥੇ। ਸੋ ਆਪਾਂ ਨੂੰ ਆਪਣੇ ਪੰਜਾਬ ਦੇ ਵਿੱਚ ਇੱਕ ਭਾਈਚਾਰਕ ਸਾਂਝ ਬਣਾਉਣ ਦੀ ਲੋੜ ਹੈ, ਆਪਾਂ ਨੂੰ ਤੇਰ ਮੇਰ ਨਹੀਂ ਰੱਖਣ ਦੀ ਲੋੜ, ਨਾ ਰੱਖਣ ਦੀ ਲੋੜ ਹੈ ਕਿਹੜਾ ਧਰਮ ਹੈ। ਵੇਖੋ ਅਸੀਂ ਬਾਬੇ ਨਾਨਕ ਨੂੰ ਮੰਨਦੇ ਹਾਂ ਹੈ ਨਾ, ਮੈਂ ਕਹਿੰਦੀ ਹਾਂ ਵੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਠੀਕ ਹੈ, ਆਪਾਂ ਵਾਸਤੇ ਸਾਰੇ ਬਰਾਬਰ ਨੇ, ਸਾਰਿਆਂ ਦੀ ਰਿਕੁਐਸਟ ਰਿਸਪੈਕਟ ਕਰੋ, ਔਰ ਸਾਰਿਆਂ ਦੇ ਜਿਹੜੇ ਮੁੱਦੇ ਨੇ ਉਹ ਅੱਗੇ ਰੱਖਣੇ ਚਾਹੀਦੇ ਨੇ, ਭਾਵੇਂ ਸਾਡਾ ਮਜ਼ਦੂਰ ਭਾਈਚਾਰਾ ਹੈ ਉਹਨਾਂ ਦੇ ਮੁੱਦੇ ਵੀ ਰੱਖਣੇ ਚਾਹੀਦੇ ਨੇ। ਇਨਫੈਕਟ ਮੈਂ ਬਹੁਤ ਛੇਤੀ ਉਹਦੇ ਉੱਤੇ ਇੱਕ ਫਿਲਮ ਵੀ ਕਰ ਰਹੀ ਹਾਂ, ਮਜ਼ਦੂਰਾਂ ਦੇ ਉੱਤੇ ਜਿਹੜਾ 33% ਪਿੰਡਾਂ ਦੇ ਵਿੱਚ ਦੇਣਾ ਚਾਹੀਦਾ, ਕਿਉਂਕਿ ਇਹ ਮੁੱਦਿਆਂ ਨੂੰ ਬਹੁਤ ਘੱਟ ਲੋਕ ਚੁੱਕਦੇ ਨੇ। ਔਰ ਮੈਨੂੰ ਪ੍ਰੈਸ ਕਾਨਫਰੰਸ ਅਸੀਂ ਕਰਨ ਜਾ ਰਹੇ ਹਾਂ, ਵੇਖੋ ਰੇਸ਼ਮ ਸਿੰਘ ਵੜੈਚ ਪਿੰਡ ਅਤਲੀਵਾਲਾ ਸਾਡੇ ਰਾਜਸਥਾਨ ਸੀ ਹਲਕੇ ਦੇ ਵਿੱਚ ਬਹੁਤ ਵੱਡਾ ਪਿੰਡ ਹੈ, ਉੱਥੋਂ ਬਿਲੋਂਗ ਕਰਦੇ ਨੇ, ਔਰ ਪੂਰਾ ਇੱਕ ਸਾਲ ਸਾਡੇ ਨਾਲ ਟਿਕਰੀ ਬਾਰਡਰ ਦੇ ਉੱਤੇ ਵੀ ਰਹੇ ਨੇ, ਔਰ ਭਾਵੇਂ ਹਰਿਆਣੇ ਦੀਆਂ ਪੰਚਾਇਤਾਂ ਹੋਣ, ਰਾਜਸਥਾਨ ਦੀਆਂ ਹੋਣ, ਯੂਪੀ ਦੀਆਂ ਹੋਣ, ਸਾਰੇ ਕਿਤੇ ਸਾਡੇ ਨਾਲ ਇਹਨਾਂ ਨੇ ਸਾਥ ਦਿੱਤਾ। ਪਿੱਛੇ ਖਨੌਰੀ ਬਾਰਡਰ ਦੇ ਉੱਤੇ ਜਦੋਂ ਵੀਡੀਓ ਵਾਇਰਲ ਹੋਈ ਸੀਗੀ ਆਸੂ ਗੈਸ ਦੇ ਗੋਲਿਆਂ ਦੇ ਨਾਲ, ਉਹਦੇ ਵਿੱਚ ਵੀ ਮੇਰੇ ਨਾਲ ਇਹ ਜਵਾਨ ਜੀ ਸਾਹਮਣੇ ਖੜ੍ਹੇ ਸੀਗੇ। ਸੋ ਇਸ ਵਾਰੀ ਇਹਨਾਂ ਨੇ ਆਪਣੀ ਇੱਛਾ ਪ੍ਰਗਟ ਕੀਤੀ ਕਿ ਅਸੀਂ MP ਦੀਆਂ ਇਲੈਕਸ਼ਨ ਦੇ ਵਿੱਚ ਆਜ਼ਾਦ ਖੜੀਏ। ਪਹਿਲਾਂ ਇਹ ਸਾਰੇ ਜਾਣੇ ਮੈਨੂੰ ਕਹਿ ਰਹੇ ਸੀਗੇ ਕਿ ਤੁਹਾਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ, ਬਟ ਮੈਂ ਇਹ ਗੱਲ ਸੋਚੀ ਕਿ ਐਤਕੀ ਮੈਂ ਇਲੈਕਸ਼ਨ ਨਹੀਂ ਲੜਦੀ, ਜਦਕਿ ਮੈਨੂੰ ਸਾਰੀਆਂ ਪਾਰਟੀਆਂ ਵੱਲੋਂ ਔਫਰ ਸੀਗੀ, ਜਿੰਨੀਆਂ ਵੀ ਮੌਜੂਦਾ ਪਾਰਟੀਆਂ ਆ ਸਾਰੇ ਚਾਹੁੰਦੇ ਸੀਗੇ ਕਿ ਮੈਂ ਉਹਨਾਂ ਦੀ ਪਾਰਟੀ ਦਾ ਹਿੱਸਾ ਬਣਾ, ਬਟ ਮੈਨੂੰ ਲੱਗਦਾ ਹੈ ਕਿ ਆਪਣੇ ਸਮਾਜ ਦੇ ਵਿੱਚ ਕੁਛ ਲੋਕਾਂ ਨੂੰ ਪੋਲੀਟਿਕਸ ਤੋਂ ਬਾਹਰ ਰਹਿ ਕੇ ਵੀ ਕੁਛ ਦੇਸ਼ ਸਮਝਣ ਦੀ ਲੋੜ ਹੁੰਦੀ ਹੈ ਕਿ ਪੋਲੀਟਿਕਸ ਐਗਜੈਕਟਲੀ ਚੱਲ ਕਿਵੇਂ ਰਹੀ ਹੈ ਸਾਡੇ ਪੰਜਾਬ ਦੀ। ਸੋ ਮੈਂ ਇਸ ਵਾਰੀ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਵਧੀਆ ਚਿਹਰੇ ਨੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਉਹਨਾਂ ਦੀ ਸਪੋਰਟ ਕਰਾਂ, ਕਿਉਂਕਿ ਮੈਨੂੰ ਇਹ ਲੱਗਦਾ ਕਿ ਪੰਜੋਂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਭਾਵੇਂ ਮੈਂ ਕਰਮਜੀਤ ਅਨਮੋਲ ਭਾਈ ਦੀ ਫਰੀਦਕੋਟ ਦੇ ਵਿੱਚ ਜਾ ਕੇ ਸਪੋਰਟ ਕੀਤੀ, ਕਿਉਂਕਿ ਸਾਡੇ ਕਲਾਕਾਰ ਭਾਈਚਾਰੇ ਨੂੰ ਬਿਲੋਂਗ ਕਰਦੇ ਸੀਗੇ ਔਰ ਵਧੀਆ ਇਨਸਾਨ ਸੀਗੇ ਔਰ ਆਪਣੇ ਕਰੀਅਰ ਦੀ ਇੱਕ ਮੁਕਾਮ 'ਤੇ ਸੀਗੇ, ਜਿਹੜਾ ਕਿ ਉਹ ਆਪਣਾ ਸਾਰਾ ਕੁਝ ਛੱਡ ਕੇ ਪੋਲੀਟਿਕਸ ਦੇ ਵਿੱਚ ਆ ਰਹੇ ਹੈ। ਦੂਜੇ ਨੰਬਰ ਦੇ ਉੱਤੇ ਮੈਂ ਖੁੱਡੀਆ ਸਾਹਿਬ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਹੈ, ਮੈਂ ਉਹਨਾਂ ਦੀ ਤਾਰੀਫ ਕਰਦੀ ਹਾਂ, ਸਪੋਰਟ ਕਰਦੀ ਹਾਂ, ਬਹੁਤ ਚੰਗੇ ਇਨਸਾਨ ਨੇ, ਆਪਾਂ ਨੂੰ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ। ਮੀਤ ਹੇਰ
ਬਹੁਤ ਚੰਗੇ ਇਨਸਾਨ ਨੇ, ਸੋ ਜਿਹੜੇ ਚੰਗੇ ਚਿਹਰੇ ਨੇ ਮੈਂ ਹਮੇਸ਼ਾ ਉਹਨਾਂ ਦੀ ਸਪੋਰਟ ਕੀਤੀ ਹੈ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ। ਸੋ ਸਾਡੇ ਇੱਧਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੀ ਹਾਂ, ਇਹਦਾ ਮਤਲਬ ਇਹ ਕਿ ਆਮ ਆਦਮੀ ਦੇ ਵਿੱਚ ਕੁਛ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀ ਸਪੋਰਟ ਕਰਨੀ ਬਣਦੀ ਹੈ ਕਿਉਂਕਿ ਉਹਨਾਂ ਦਾ ਕਿਰਦਾਰ ਵਧੀਆ ਹੈ, ਉਹਨਾਂ ਦੀ ਸੋਚ ਵਧੀਆ ਹੈ, ਉਹਨਾਂ ਦੀ ਡਿਵੈਲਪਮੈਂਟ ਸੋਚ ਹੈ ਐਜੂਕੇਸ਼ਨ ਪ੍ਰਤੀ। ਔਰ ਜਦੋਂ ਅਸੀਂ ਪਿੱਛੇ ਮੇਲਾ ਵੀ ਕਰਵਾਇਆ ਸੀਗਾ ਕੈਂਸਰ ਦਾ, ਕੈਂਸਰ ਦੇ ਸੰਬੰਧੀ, ਉਹ ਹਮੇਸ਼ਾ ਆਪਣੀ ਪਾਰਟੀ ਵਾਲੀ ਤੋਂ ਉੱਤੇ ਉੱਠ ਕੇ ਉਹ ਸਪੋਰਟ ਕਰਨ ਵਾਸਤੇ ਆਏ ਸੀਗੇ। ਇਸੇ ਤਰੀਕੇ ਦੇ ਨਾਲ ਰੇਸ਼ਮ ਦੀ ਇੱਕ ਆਜ਼ਾਦ ਸੋਚ ਹੈ, ਔਰ ਮੈਨੂੰ ਲੱਗਦਾ ਹੈ ਕਿ ਅੰਮ੍ਰਿਤਸਰ ਦੇ ਵਿੱਚ MP ਬਤੌਰ MP ਸਾਡੇ ਪਿੱਛੇ ਔਜਲਾ ਸਾਹਿਬ ਰਹੇ ਨੇ, ਗੁਰਜੀਤ ਔਜਲਾ ਰਹੇ ਨੇ, 7 ਸਾਲ MP ਰਹੇ ਨੇ ਸਾਡੇ ਅੰਮ੍ਰਿਤਸਰ ਦੇ ਵਿੱਚ, ਔਰ ਮੈਨੂੰ ਨਹੀਂ ਲੱਗਦਾ ਵੀ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀਗੀਆਂ ਉਹ ਹੋਈਆਂ ਨੇ, ਕਿਉਂਕਿ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦੀ ਹਾਂ। ਅੰਮ੍ਰਿਤਸਰ ਦੇ ਵਿੱਚ ਸਾਡੇ ਗੰਦਾ ਨਾਲਾ ਆ, ਤੁਸੀਂ ਦੇਖ ਸਕਦੇ ਹੋ ਗੁਮਟਾਲੇ, ਉੱਥੇ ਉਹਨਾਂ ਦਾ ਘਰ ਹੈ, ਉੱਥੇ ਉਹਨਾਂ ਦਾ ਆਫਿਸ ਹੈ, ਉਹ ਗੰਦਾ ਨਾਲਾ ਥੱਲਿਓਂ ਪੱਕਾ ਹੋਣਾ ਚਾਹੀਦਾ ਸੀਗਾ, ਉਸ ਗੰਦੇ ਨਾਲੇ ਕਰਕੇ ਕੈਂਸਰ ਵਰਗੀਆਂ ਬਿਮਾਰੀਆਂ ਘਰ ਘਰ ਦੇ ਵਿੱਚ ਜਨਮ ਲੈ ਰਹੀਆਂ ਨੇ, ਸਾਡੇ ਪਿੰਡਾਂ ਤੱਕ ਕੈਂਸਰ ਪਹੁੰਚ ਚੁੱਕੀ ਹੈ। ਉਹ ਕਿਸੇ ਨੇ ਉਸ ਦੇ ਉੱਤੇ ਉਸ ਮੁੱਦੇ ਦੇ ਉੱਤੇ ਗੱਲ ਨਹੀਂ ਚੁੱਕੀ, ਨਸ਼ਿਆਂ ਦੇ ਮੁੱਦੇ ਦੇ ਉੱਤੇ ਸਿਰਫ ਜਦੋਂ ਇਲੈਕਸ਼ਨਸ ਆਉਂਦੀਆਂ ਨੇ ਉਦੋਂ ਹੀ ਇਹ ਲੋਕ ਜਿਹੜੀ ਇਹ ਗੱਲ ਰੱਖਦੇ ਨੇ, ਅੱਗੇ ਪਿੱਛੇ ਕੋਈ ਗੱਲ ਨਹੀਂ ਕਰਦਾ। ਉਸ ਤੋਂ ਇਲਾਵਾ ਜਿਹੜੀ ਸਾਡੇ ਅੰਮ੍ਰਿਤਸਰ ਦੇ ਵਿੱਚ ਡੰਪ ਇੰਨਾ ਇਕੱਠਾ ਹੋਇਆ ਹੈ ਕੂੜੇ ਦਾ, ਉਹ ਵਿਚਾਰੇ ਜਦੋਂ ਕੂੜਾ ਸਾੜਦੇ ਨੇ ਉਹ ਲੋਕਾਂ ਦੀਆਂ ਬਾਰੀਆਂ, ਉਹਨਾਂ ਦੇ ਘਰ ਦੇ ਵਿੱਚ ਪੋਲਿਊਸ਼ਨ ਜਾਂਦਾ, ਲੋਕ ਇੰਨੇ ਜ਼ਿਆਦਾ ਦੁਖੀ ਨੇ। ਸੋ ਅੰਮ੍ਰਿਤਸਰ ਦੇ ਸ਼ਹਿਰ ਦੀਆਂ ਜਿੰਨੀਆਂ ਪ੍ਰੋਬਲਮਸ ਨੇ, ਮੈਨੂੰ ਇਹ ਲੱਗਦਾ ਹੈ ਕਿ ਜਦੋਂ ਕੋਈ ਵੀ ਪਾਰਟੀ ਟਿਕਟ ਦਿੰਦੀ ਹੈ ਉਸ ਪਾਰਟੀ ਨੂੰ ਗਰਾਊਂਡ ਲੈਵਲ ਦੇ ਉੱਤੇ ਸਰਵੇ ਜ਼ਰੂਰ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਬੰਦੇ ਨੇ ਕੰਮ ਕਿੱਦਾਂ ਕੀਤੇ ਨੇ, ਕਿਉਂਕਿ ਅਸੀਂ ਉਹੋ ਜਿਹੇ ਬੰਦੇ ਚਾਹੁੰਦੇ ਹਾਂ ਆਪਣੀ ਸੁਸਾਇਟੀ ਦੇ ਵਿੱਚ ਜਿਹੜੇ ਸੁਸਾਇਟੀ ਦੇ ਮੁੱਦੇ ਚੁੱਕਣ ਔਰ ਕੰਮ ਕਰਨ, ਨਾ ਕਿ ਆਪਣੇ ਕਾਰੋਬਾਰ ਵਧਾਉਣ। ਇਹਨਾਂ ਨੂੰ ਇੱਕ ਮੌਕਾ ਸੁਸਾਇਟੀ ਦਾ ਕੰਮ ਕਰਨ ਵਾਸਤੇ ਨਹੀਂ ਚਾਹੀਦਾ, ਇਹਨਾਂ ਨੂੰ ਇੱਕ ਮੌਕਾ ਆਪਣੀਆਂ ਜਾਇਦਾਦਾਂ ਬਣਾਉਣ ਵਾਸਤੇ ਚਾਹੀਦਾ ਹੈ। ਸੋ ਮੈਨੂੰ ਇਹ ਲੱਗਦਾ ਵੀ ਸਾਡੇ ਸਮਾਜ ਦੇ ਵਿੱਚ ਉਸ ਇਨਕਲਾਬੀ ਲਹਿਰ ਦੀ ਲੋੜ ਹੈ ਕਿ ਜਿਹੜੀ ਕਿ ਸਹੀ ਬੰਦਿਆਂ ਨੂੰ ਪਹਿਚਾਨਣ। ਵੇਖੋ ਤੁਸੀਂ ਲਹਿੰਦੇ ਪੰਜਾਬ ਦੇ ਵਿੱਚ ਅਸੀਂ ਦੇਖਿਆ ਆਜ਼ਾਦ ਉਮੀਦਵਾਰ ਜਿਤਾ ਤੇ, ਇਸ ਕਰਕੇ ਜਿਤਾਏ ਕਿਉਂਕਿ ਉਹਨਾਂ ਦੇ ਵਿੱਚ ਜਾਗਰੂਕਤਾ ਸੀਗੀ। ਸੋ ਮੇਰੀ ਅੰਮ੍ਰਿਤਸਰ ਵਾਸੀਆਂ ਨੂੰ ਰਿਕੁਐਸਟ ਹੈ, ਮੈਂ ਅੰਮ੍ਰਿਤਸਰ ਦੇ ਵਿੱਚ ਪਲੀ ਵੱਡੀ ਹੋਈ ਹਾਂ, ਇੱਥੇ ਦੀ ਸਕੂਲਿੰਗ ਹੈ ਮੇਰੀ, ਮੇਰੇ ਦਿਲ ਦੇ ਵਿੱਚ ਦਰਦ ਹੈ ਅੰਮ੍ਰਿਤਸਰ ਦੇ ਪ੍ਰਤੀ। ਸੋ ਮੈਂ ਇਹੀ ਚਾਹੁੰਦੀ ਹਾਂ ਕਿ ਆਪਾਂ ਇੱਕ ਵਾਰੀ ਮੌਕਾ ਦੇਈਏ ਆਜ਼ਾਦ ਉਮੀਦਵਾਰ ਨੂੰ ਵੀ, ਅਸੀਂ ਮੌਕਾ ਦੇਈਏ ਆਜ਼ਾਦ ਸੋਚ, ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਰਹਿੰਦੇ ਹਾਂ ਸਾਡਾ ਯੂਥ ਜੀ ਫੋਰਨ ਜਾ ਰਿਹਾ ਹੈ, ਸਾਡਾ ਯੂਥ ਜੀ ਡਰੱਗਸ ਦੇ ਵਿੱਚ ਜਾ ਰਿਹਾ ਹੈ। ਵੇਖੋ ਜਦੋਂ ਯੂਥ ਨੂੰ ਆਪਾਂ ਪੋਲੀਟਿਕਸ ਦੇ ਵਿੱਚ ਲੈ ਕੇ ਆਵਾਂਗੇ ਤਦ ਹੀ ਸਾਰੀਆਂ ਚੀਜ਼ਾਂ ਖਤਮ ਹੋਣਗੀਆਂ ਨਾ। ਇਹ ਮੇਰੇ ਨਾਲ ਰੇਸ਼ਮ ਜੀ ਹੈ, ਇਹ 27 ਸਾਲਾਂ ਦਾ ਮੁੰਡਾ ਹੈ, ਔਰ ਮੈਨੂੰ ਲੱਗਦਾ ਹੈ ਕਿ ਜਦੋਂ ਇਹੋ ਜਿਹੀ ਸੋਚ ਵਾਲੇ ਮੁੰਡੇ ਅੱਗੇ ਆਉਣਗੇ ਸਾਡੇ ਸੁਸਾਇਟੀ ਦੇ ਵਿੱਚ, ਜ਼ਰੂਰੀ ਨਹੀਂ ਹੁੰਦਾ ਕਿ MLA ਦਾ ਮੁੰਡਾ ਹੀ MLA ਬਣ ਸਕਦਾ, ਮੰਤਰੀ ਦਾ ਮੁੰਡਾ ਹੀ ਮੰਤਰੀ ਬਣ ਸਕਦਾ, MP ਦਾ ਮੁੰਡਾ ਹੀ MP ਬਣ ਸਕਦਾ, ਇਹ ਜ਼ਰੂਰੀ ਨਹੀਂ ਹੈ। ਇਹ ਸਾਡਾ ਦੇਸ਼ ਹੈ, ਲੋਕਤੰਤਰ ਹੈ, ਇੱਥੇ ਲੋਕਾਂ ਦੀ ਜਿਹੜੀ ਆਵਾਜ਼ ਹੈ ਨਾ, ਚੰਗੇ ਚਿਹਰੇ ਚਾਹੀਦੇ ਆ ਸਾਨੂੰ ਪੋਲੀਟਿਕਸ ਦੇ ਵਿੱਚ, ਕਿਉਂਕਿ ਮੈਨੂੰ ਲੱਗਦਾ ਹੈ ਕਿ ਪੋਲੀਟੀਸ਼ੀਅਨ ਜਿਹੜੇ ਨੇ ਉਹ ਪਬਲਿਕ ਸਰਵੈਂਟ ਹੁੰਦੇ ਨੇ, ਤਨਖਾਹ ਮਿਲਦੀ ਹੈ ਉਹਨਾਂ ਨੂੰ ਗਵਰਨਮੈਂਟ ਵੱਲੋਂ ਸਾਡੇ ਕੰਮ ਕਰਨ ਲੱਗਿਆਂ। ਸੋ ਮੈਂ ਅੰਮ੍ਰਿਤਸਰ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ, ਵੇਖੋ ਇਸ ਵਾਰੀ ਵੋਟਾਂ ਦੇ ਵਿੱਚ ਸ਼ਰਾਬ ਦੀ ਬੋਤਲ ਪਿੱਛੇ ਆਪਣਾ ਜ਼ਮੀਰ ਨਾ ਵੇਚਿਓ, ਸੂਟਾਂ ਪਿੱਛੇ ਆਪਣਾ ਜ਼ਮੀਰ ਨਾ ਵੇਚਿਓ, ਇੱਕ ਚੰਗੀ ਸ਼ਖਸੀਅਤ ਨੂੰ ਆਪਣੀ ਕੀਮਤੀ ਵੋਟ ਪਾਇਓ, ਉਹ ਹੀ ਕੀਮਤੀ ਵੋਟ ਨੇ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਉਣਾ ਆ। ਨਹੀਂ ਤਾਂ ਅਸੀਂ ਪੰਜਾਬ ਨੂੰ ਦੇਖ ਲਿਆ ਕਿੰਨੇ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ, ਅਸੀਂ ਲੀਡਰ ਦੇਖ ਲਏ ਨੇ ਆਪਾਂ ਆਪਣੀ, ਜਿਵੇਂ ਤੁਸੀਂ ਪਿਛਲੀ ਵਾਰੀ ਝਾੜੂ ਨੂੰ ਲੈ ਕੇ ਆਏ ਸੀਗੇ ਅੰਦਰ ਖਾਤੇ ਤੁਸੀਂ ਵੋਟ ਪਾਈ ਸੀਗੀ, ਮੈਂ ਨਹੀਂ ਕਹਿੰਦੀ ਵੀ ਤੁਸੀਂ